लेकिन जदों तुसीं जेब खाली तू कौन भाई मैं कौन सीधा हिसाब आ पूरा कैंड यार सिरा गलबात यार। हेलो गाइस Hey Singh, are you there? ਘਰੋਂ ਤੁਰਾਂ ਬੇਬੇ ਪੈਰੀ ਹੱਥ ਲਾ ਕੇ ਤੁਰਾਂ ਮੈਂ ਲੀੜਾ ਜੱਜੂ ਭਾਵੇਂ ਸੋਹਿਆਲਾ ਪਾ ਕੇ ਤੁਰਾਂ ਮੈਂ ਆਪਣਾ ਕੋਈ ਮਿਲੇ ਜਦੋਂ ਕੁੱਟ ਜੱਫੀ ਪਾਵਾਂ ਨਹੀਂਓ ਹੋਇਆ ਦੂਰੋਂ ਹੱਥ ਜਾ ਹਿਲਾ ਕੇ ਤੁਰਾਂ ਮੈਂ ਕਿਆ ਬਾਤ ਹੈ ਬਈ ਕਿਆ ਬਾਤ ਹੈ ਕਿਆ ਲਿਰਿਕਸ ਨੇ ਬਹੁਤ ਸੋਹਣੇ ਲਿਰਿਕਸ ਨੇ ਬਹੁਤ ਸੋਹਣੀਆਂ ਗੱਲਾਂ ਕੱਪੜਾ ਕਹਿੰਦਾ ਜੈ ਸੋਹਣਾ ਜੱਜਦਾ ਪਾਇਆ ਘਰੋਂ ਤੁਰਾਂ ਕਹਿੰਦਾ ਬੇਬੇ ਦੇ ਪੈਰੀ ਹੱਥ ਲਾ ਕੇ ਤੁਰਦਾ ਕਹਿੰਦਾ ਜਿਹੜਾ ਆਪਣਾ ਵਾ ਯਾਰੀ ਦੋਸਤੀ ਜਿਹਦੇ ਨਾਲ ਪਿਆਰ ਆ ਵਧੀਆ ਉਹਨੂੰ ਜੱਫੀ ਪਾ ਕੇ ਮਿਲੀਦਾ ਜਿਹਨਾਂ ਨਾਲ ਨਹੀਂ ਉਹ ਦੂਰੋਂ ਹੱਥ ਲਾਈਦਾ ਕੋਲੇ ਵੀ ਨਹੀਂ ਲਾਈਦਾ ਉਹਨਾਂ ਨੂੰ ਕਿ ਛੱਡ ਜੇ ਇਹੋ ਜਿਹੇ ਸਾਲੇ ਕੋਲੇ ਵੀ ਆਉਣਗੇ ਜਾਂ ਇਹਨਾਂ ਨਾਲ ਗੱਲ ਵੀ ਕਰਾਂਗੇ ਖੜਦਾ ਵੀ ਕੋਲ ਬੇਕਾਰ ਮਤਲਬ ਹੁਣ ਪਿੰਡ ਜਾਵਾਂ ਜਦੋਂ ਲੋਕ ਪਿਆਰ ਕਰਦੇ ਉਹ ਪਹਿਲਾਂ ਸੀ ਮਜ਼ਾਕ ਕਈ ਯਾਰ ਕਰਦੇ ਚਾਹੁੰਦੇ ਸੀ ਕਿ ਪਰੇ ਦੀ ਹੀ ਪਰੇ ਲੰਘ ਜਾ ਨਹੀਂ ਬੁਲਾਉਣ ਦੇ ਮਾਰੇ ਸੀ ਅੱਖਾਂ ਚਾਰ ਕਰਦੇ ਘੱਟ ਸਮੇਂ ਚ ਕੱਖਾਂ ਦਾ ਲੱਖਾਂ ਦਾ ਕਿੱਡੀਆਂ ਸੋਹਣੀਆਂ ਲੈਣਾਂ ਨੇ ਬਾਈ ਕਿੱਡੀਆਂ ਮੈਂ ਪਹਿਲਾਂ ਸ਼ਰਮ ਕਰਦੇ ਸੀ ਮੈਨੂੰ ਬੁਲਾਉਣ ਦੇ ਮਾਰੇ ਕਹਿੰਦਾ ਪਹਿਲਾਂ ਮਜ਼ਾਕ ਕਰਦੇ ਸੀ ਪਿੰਡ ਜਾਂਦੇ ਕਹਿੰਦਾ ਹੁਣ ਜਾਂਦਾ ਪਿਆਰ ਕਰਦੇ ਆ ਕਹਿੰਦਾ ਹੁਣ ਪਹਿਲਾਂ ਅੱਖਾਂ ਮਿਲਾਉਂਦੇ ਨਹੀਂ ਸੀਗੇ ਅੱਖਾਂ ਚ ਰਾ ਕੇ ਭੱਜਾਂ ਦੀ ਵੀ ਛੱਡ ਹੋਏ ਉਹ ਆਉਂਦਾ ਉਹ ਛੱਡ ਛੱਡ ਕੋਈ ਕੰਮ ਕਹਿ ਦੂਗਾ ਜੇ ਉਹ ਹੁੰਦਾ ਹੀ ਆ ਹਰ ਇੱਕ ਦੇ ਸਰਕਲ ਚ ਇੱਦਾਂ ਸਹੀ ਗੱਲ ਆ ਬਾਈ ਸੋ ਅਗਲਾ ਕਹਿੰਦਾ ਹੁਣ ਕਹਿੰਦਾ ਜੱਫੀਆਂ ਪਾਉਂਦੇ ਆ ਕਿ ਸਾਡਾ ਯਾਰ ਸਾਡਾ ਹੁਣ ਪਿੰਡ ਜਾਵਾਂ ਜਦੋਂ ਲੋਕ ਪਿਆਰ ਕਰਦੇ ਉਹ ਪਹਿਲਾਂ ਸੀ ਮਜ਼ਾਕ ਕਈ ਯਾਰ ਕਰਦੇ ਚਾਹੁੰਦੇ ਸੀ ਕਿ ਪਰੇ ਦੀ ਹੀ ਪਰੇ ਲੰਘ ਜਾ ਨਹੀਂ ਬੁਲਾਉਣ ਦੇ ਮਾਰੇ ਸੀ ਅੱਖਾਂ ਚਾਰ ਕਰਦੇ ਘੱਟ ਸਮੇਂ ਚ ਕੱਖਾਂ ਦਾ ਲੱਖਾਂ ਦਾ ਤੂੰ ਕਰਦਾ ਉਹੀ ਹੋਇਆ ਮੇਰੇ ਵੈਰੀਆਂ ਨੂੰ ਜੀਂਦਾ ਡਰਦਾ ਕਹਿੰਦੇ ਸੀ ਕਿ ਕੰਜਰ ਤੇ ਕਹਿੰਦੇ ਸੀ ਨਚਾਰੀਏ ਦਾ ਬਣਨਾ ਨੀ ਕੁਝ ਸੀਗੇ ਲਾਉਂਦੇ ਸ਼ਰਤਾਂ ਇੱਕੋ ਖਿੱਚ ਸੀ ਕਿ ਕਾਮਯਾਬੀ ਕਿਵੇਂ ਖੋਜਣਾ ਆਪ ਕਰ ਗਾਣੇ ਕਿਆ ਵੀਡੀਓ ਚੱਲਦੀ ਪਈ ਆ ਉਸਤਾਦ ਡਰੋਨ ਸ਼ਾਟ ਓਕਾ ਸਿੰਕ ਜਿਹੜੇ ਨੇ VFX ਦਾ ਕੰਮ ਕੈਂਟ ਬਲੈਕ ਐਂਡ ਵਾਈਟ ਕਲਰ ਬਾਹਰਲਾ ਸੀਨ ਕੈਂਟ ਯਾਰ ਲਿਰਿਕਸ ਫੀਲ ਕਰ ਰਿਹਾ ਨਾਲ ਸਲੋ ਜਿਹਾ ਚੱਲਦਾ ਵਾ ਕੈਂਟ ਜਿੰਨਾ ਪੋਲਾਈਟ ਵੇ ਦੇ ਵਿੱਚ ਗਾ ਰਿਹਾ ਓਨਾ ਹੀ ਡਬਲ ਹਿੱਟ ਕਰਨ ਵਾਲਾ ਗਾਣਾ ਵਾ ਦਿਲ ਦੇ ਉੱਤੇ ਸਹੀ ਗੱਲ ਆ ਉਹ ਆ ਚੀਜ਼ਾਂ ਵੀ ਜਿਨ੍ਹਾਂ ਨੂੰ ਤਾਨੇ ਵੀਣੇ ਜਿਨ੍ਹਾਂ ਨੇ ਮਾਰੇ ਆ ਉਹਨਾਂ ਨੂੰ ਪਿੰਚ ਕਰਨ ਵਾਲੀਆਂ ਗੱਲਾਂ ਬੋਲਦਾ ਪਿਆ ਪਰ ਪੋਲਾਈਟ ਚਿੱਲ ਰਹਿ ਕੇ ਮਿਊਜ਼ਿਕ ਵੀ ਬਹੁਤ ਘੈਂਟ ਚੱਲਦਾ ਪਿਆ ਪੀਰ ਕਹਿ ਗਿਆ ਸੀ ਔਜਲਾ ਕਈ ਮਤ ਦਿਆਂ ਹੌੜਿਆਂ ਨੂੰ ਭਾਰੇ ਗਾਣੇ ਦਿੱਤੇ ਜਿਨ੍ਹਾਂ ਮੁੱਕਿਆ ਸੀ ਤੇਲ ਸੁੱਕੀਆਂ ਸੀ ਨੋਜ਼ਲਾਂ ਕੇਸੂ ਲੱਗਿਆ ਉਦੋਂ ਦਾ ਜਦੋਂ ਯਹਾਂ ਬਗਾਉਣ ਲੱਗਾ ਮੈਂ ਆਪਣੇ ਦਮ ਤੇ ਅੱਗੇ ਯਹਾਂ ਵਿਆਉਣ ਲੱਗਾ ਉਹ ਜਿਹੜੀਆਂ ਕਤੀੜਾਂ ਵਰਤੇ ਹਨ ਫੋਲੋ ਕਰ ਗਈਆਂ ਇੱਕ ਠੋਕ ਕਹਿੰਦਾ ਤੁਹਾਡਾ ਬਾਬੀ ਆਉਣ ਲੱਗਾ ਰੀਤ ਚੇਂਜ ਨਹੀਂ ਹੁੰਦੀ ਇੱਥੇ ਕਰਨੀਆਂ ਪੈਂਦੀ ਬੁੱਢੀ ਰੱਬ ਹੱਥ ਹੁੰਦੀ ਇੱਥੇ ਲੁੱਕ ਉਹਦੇ ਵਰਗੀ ਲੱਗਦੀ ਪਈ ਹੈ ਔਜਲੇ ਵਰਗੀ ਹਾਂ ਕਦੋਂ ਚੜਦੀ ਤੇ ਲਹਿੰਦੀ ਜਿਹੜਾ ਬੱਦੀ ਕਰੂ ਫੇਰ ਉਹਨੂੰ ਕਲਮ ਨਾ ਟੰਗੂ ਦੱਸ ਮੇਰਿਆਂ ਹੱਥਾਂ ਤੇ ਕਿਹੜਾ ਲੱਗੀ ਹੋਈ ਮਹਿੰਦੀ ਆਉ ਜਿੰਨਾ ਵੀ ਕਮਾਵਾਂ ਮੈਂ ਕਮਾਵਾਂ ਹੱਕ ਦਾ ਰਾਤਾ ਜਾਗਾ ਕਦੇ ਲਵਾਂ ਨਾ ਸਹਾਰਾ ਲੱਗਦਾ ਉਹ ਜਦੋਂ ਤੱਕ ਮੇਰੇ ਸਿਰ ਉੱਤੇ ਹੱਥ ਮਾਲਕ ਦਾ ਉੱਡਦਾ ਰਹੂੰਗਾ ਕਦੇ ਨਹੀਂ ਉਹ ਥੱਕਦਾ ਮੈਨੂੰ ਲਿਖ ਲੈ ਤੂੰ ਗਾਣਾ ਆਉਂਦਾ ਯਾਪ ਚੱਲ ਕੇ ਜਿੱਥੇ ਹੱਥ ਪਾਵਾਂ ਕੰਮ ਆ ਦਿਖਾਵੇ ਹੱਲ ਕੇ ਮੇਰੇ ਤੋਂ ਵੱਡੀ ਕੋਈ ਹੋਰ ਬੇਇੱਜ਼ਤੀ ਨਾ
ਫੈਂਡ ਨਹੀਂ ਉਹ ਕੋਈ ਜਿੰਨਾ ਦਿੱਤਾ ਹੌਸਲਾ ਹੋਏ ਧੰਨਵਾਦ ਉਹਨਾਂ ਦਾ ਅਹਿਸਾਨ ਰੱਖੂ ਕੱਲਾ ਕੱਲਾ ਯਾਦ ਉਹਨਾਂ ਦਾ ਜਿਹੜੇ ਮੇਰੇ ਗਾਣੇ ਸੁਣ ਖੁਸ਼ ਹੋਈ ਜਾਂਦੇ ਪੱਕਾ ਵਾਦਾ ਬੰਨ ਰੱਖੂਗਾ ਸਵਾਦ ਉਹਨਾਂ ਦਾ ਪਾਸਪੋਰਟ ਕੈਂਡ ਲਿਰਿਕਸ ਬਾਈ ਕੈਂਡ ਗੱਲਬਾਤ ਯਾਰ ਡੈਮ ਬ੍ਰੋ ਗਾਡ ਡੈਮ ਸੀਰੀਅਸਲੀ ਲਿਰਿਕਸ ਮੈਨ ਬੰਦੇ ਨੇ ਕੱਲੀ ਕੱਲੀ ਗੱਲ ਦੱਸੀ ਆ ਕਿ ਜਿਨ੍ਹਾਂ ਨੇ ਸਾਥ ਦਿੱਤਾ ਜਿਨ੍ਹਾਂ ਨੇ ਮਾੜਾ ਕਿਹਾ ਉਹਨਾਂ ਨੂੰ ਐਂ ਜਿਨ੍ਹਾਂ ਨੇ ਚੰਗਾ ਕਿਹਾ ਉਹਨਾਂ ਦਾ ਸਾਰੀ ਉਮਰ ਸ਼ੁਕਰਾਨਾ ਘੈਂਟ ਬਾਈ ਰੋਕਣ ਨੂੰ ਦਿਲ ਹੀ ਨਹੀਂ ਕਰਦਾ ਪਿਆ ਗਾਣੇ ਦਾ ਫਲੋ ਹੀ ਏਡਾ ਘੈਂਟ ਚੱਲਦਾ ਪਿਆ ਯਾਰ ਇਹ ਟੰਗ ਟੰਗ ਕੇ ਗਾ ਰਿਹਾ ਪੂਰਾ ਘੈਂਟ ਯਾਰ ਸਿਰਾ ਗੱਲਬਾਤ ਯਾਰ ਨੈਕਸਟ ਲੈਵਲ ਆ ਬੰਦੇ ਦਾ ਤੋੜ ਹੀ ਨਹੀਂ ਕੋਈ ਵੀਡੀਓ ਇਹਦਾ ਇਹਦਾ ਹੀ ਗਾਣਾ ਸੀ ਜਿਹੜਾ ਕੀਤਾ ਸੀ ਆਪਾਂ ਕਿ ਵੱਡੇ ਹੋ ਗਏ ਗੀਅਰ ਬਿੱਲ ਬੋਰਡ ਜੱਟ ਦੇ ਸਿੱਧੂ ਬਾਈ ਵਾਲਾ ਕੁਰਸੀ ਤੇ ਬੈਠ ਕੇ ਗਾਉਂਦਾ ਹੈ ਟ੍ਰਿਬਿਊਟ ਗਾਣਾ ਉਹ ਲੋਕੋਂ ਸਿੱਧੂ ਸੀ ਇਹ ਨਹੀਂ ਹੈਗਾ ਇਹ ਮਨੀ ਲੌਂਗੀਆ ਜਿਹਦਾ ਉਹ ਗਾਣਾ ਨਹੀਂ ਸੀ ਯਾਰ ਕੀ ਨਾ ਦਿਲ ਕਰੇ ਲਾਈਫ ਚਿੱਲ ਹੋਵੇ ਨਾ ਅੱਛਾ 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 ਉਹਨੇ ਲਿਖਿਆ ਹੁੰਦਾ ਇਹਦੀ ਬਾਕੀ ਸਟੋਰੀ ਹੈਗੀ ਆ ਸਟਰਗਲ ਬੰਦੇ ਦੀ ਘੈਂਟ ਬੰਦਾ ਮੈਨੂੰ ਭੁਲੇਖਾ ਪਈ ਜਾਂਦਾ ਇੰਨੇ ਟਾਈਮ ਦਾ ਕਿ ਉਹ ਆਵਾਜ਼ ਵੀ ਉਦਾਂ ਦੀ ਆ ਮਿਲਦਾ ਵੀ ਉਹਦੇ ਕਰੀ ਆ ਹਾਂ ਵੀ ਉਹ ਜਿਹੜਾ ਸਿੱਧੂ ਬਾਈ ਦਾ ਗਾਣਾ ਗਾਏ ਵੀ ਬਿੱਲ ਬੋਰਡ ਹੋਊਗਾ ਬਿੱਲ ਬੋਰਡ ਹੋਊਗਾ ਨੀਵਾਂ ਉੱਚੇ ਗੀਤ ਬਣ ਗਏ ਹਾਂ ਬਣਿਆ ਓਏ ਮੇਰਾ ਬਹਾਰਾਂ ਵਿੱਚ ਸੀ ਉਦੋਂ ਦਾ ਮੈਂ ਲੱਗਿਆ ਕਿਤਾਰਾਂ ਵਿੱਚ ਸੀ ਹੁਣ ਦੇਖੀ ਠੱਪੇ ਉੱਤੇ ਠੱਪਾ ਲੱਗੂ ਉਹਦੇ ਤੇ ਜਾਜਾਂ ਵਿੱਚ ਰਹੂੰ ਪਹਿਲਾਂ ਘਰਾਂ ਵਿੱਚ ਸੀ ਨਿਕਲ ਸਾਈਡ ਵੀਡੀਓ ਚੱਲਦੀ ਗਾਣਾ ਕੱਢੇ ਇਹਨੇ ਉਹ ਸੁਣਿਆ ਮੈਂ ਬਹੁਤ ਸੋਹਣਾ ਗਾਣਾ ਸੀ ਵਾਕਈ ਯਾਰ ਬੰਦੇ ਲਿਰਿਕਸ ਘੈਂਟ ਲਿਰਿਕਸ ਵੀਡੀਓ ਮਿਊਜ਼ਿਕ ਕੰਪੋਜੀਸ਼ਨ ਵੋਕਲ ਸਾਰਾ ਕੁਛ ਓਕੇ ਰਿਪੋਰਟ ਚੱਲਦਾ ਪਿਆ ਬਿਲਕੁਲ ਜਿਵੇਂ ਯਾਰ ਬੰਦਾ ਨੋਰਮਲ ਵੇ ਦੇ ਵਿੱਚ ਆਰਾਮ ਦਾ ਚੈਲ ਮੂਡ ਦੇ ਵਿੱਚ ਬਹਿ ਕੇ ਆਪਣੀਆਂ ਹੱਡ ਬੀਤੀਆਂ ਵੀ ਦੱਸਦਾ ਪਿਆ ਕਿਵੇਂ ਲੋਕਾਂ ਨੇ ਗੇਮ ਪਾਈ ਇੰਸਪਾਇਰ ਕਰਨ ਵਾਲਾ ਗਾਣਾ ਵਾ ਇਹ ਚੀਜ਼ ਮਤਲਬ ਅਲੱਗ ਅਲੱਗ ਚੀਜ਼ਾਂ ਜਿਵੇਂ ਅੱਜ ਦੇ ਟਾਈਮ ਤੇ ਚੀਜ਼ ਪੱਕੀ ਹੋ ਰਹੀ ਆ ਕਿਉਂਕਿ ਯਾਰ ਇੱਕ ਦੀ ਲਾਈਫ 'ਚ ਇੱਦਾਂ ਕੋਈ ਨਾ ਕੋਈ ਇੰਸੀਡੈਂਟ ਹੁੰਦਾ ਹੀ ਆ ਇੱਦਾਂ ਦਾ ਜਦੋਂ ਅਗਲਾ ਕੰਮ ਲਿਆ ਹੋਵੇ ਜੇ ਤੁਹਾਡੀ ਜੇਬ ਭਾਰੀ ਆ ਸਿੱਧੀ ਗੱਲ ਆ ਸਹੀ ਆ ਜੇ ਤੁਹਾਡੇ ਬਟੂਏ ਦੇ ਵਿੱਚ ਪਈਆਂ ਨੇ ਥਈਆਂ ਠੀਕ ਆ ਫਿਰ ਤਾਂ ਬਾਈ ਤੈਨੂੰ ਦਿਨ ਰਾਤ ਫੋਨ ਆਉਣਗੇ ਭਰਾ ਮੇਰਾ ਯਾਰ ਸਾਡੀ ਡਾਰਲਿੰਗ ਘਰੋਂ ਚੱਕ ਕੇ ਲੈ ਕੇ ਜਾਣਗੇ ਸਪੈਸ਼ਲ ਬਾਈ ਜੀ ਬਾਹਰ ਖੜੇ ਰਹਿਣਗੇ ਆ ਜਾਓ ਭਰਾ ਚੱਲੀਏ ਵੇਟ ਕਰਦੇ ਆ ਅੱਜ ਮੂਵੀ ਦੇਖਦੇ ਆ ਜਿੱਥੇ ਚੱਲਦੇ ਅੱਜ ਬਲਾ ਚੱਲਦੇ ਜੇ ਹਨਾ ਜਿੱਥੇ ਚੱਲਦੇ ਲੇਕਿਨ ਜਦੋਂ ਤੁਸੀਂ ਜੇਬ ਖਾਲੀ ਤੂੰ ਕੌਣ ਬਾਈ ਮੈਂ ਕੌਣ ਸਿੱਧਾ ਹਿਸਾਬ ਆ ਹਰ ਇੱਕ ਨੂੰ ਇਹ ਚੀਜ਼ ਦਾ ਪਤਾ ਹੀ ਆ ਹਨਾ ਸੋ ਬਾਕੀ ਕਿਵੇਂ ਲੱਗੀ ਵੀਡੀਓ ਜ਼ਰੂਰ ਦੱਸਿਓ ਬਾਕੀ ਟਵਿੱਟਰ ਤੇ ਵੱਧ ਤੋਂ ਵੱਧ ਅਕਾਊਂਟ ਬਣਾਓ ਤੇ ਕਮੈਂਟਾਂ 'ਚ ਹੈਸ਼ਟੈਗ ਯੂਜ਼ ਕਰੋ ਵੀ ਵਾਂਟ ਜਸਟਿਸ ਐਂਡ ਜਸਟਿਸ ਫੋਰ ਸਿੱਧੂ ਮੂਸੇਵਾਲਾ ਬਾਕੀ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਪ੍ਰੈਸ ਦੀ ਬੈਲ ਆਈਕਨ ਦੇ ਨਾਲ ਤੇ ਕਰ ਦਿਓ ਕਲਿੱਕ ਤਾਂ ਜੋ ਵੀਡੀਓ ਤੁਹਾਨੂੰ ਨਾਲ ਨਾਲ ਪਤਾ ਲੱਗ ਸਕੇ ਮਿਲਦੇ ਆ ਅਗਲੀ ਵੀਡੀਓ 'ਚ ਅਡੀਓਜ਼ ਅਮੀਗੋ